ਇੱਥੇ ਹਾਲਾਤ ਬਹੁਤ ਖਰਾਬ ਨੇ ਫਿਰ ਤੂੰ ਵੀ ਕੋਈ ਜੁਗਾੜ ਕਰ ਨਾ ਟਿਕੇ ਰਹਿਣ ਦਾ ਜੇ ਮੁੰਡੇ ਦਾ ਬਾਹਰ ਜੀ ਜੂ ਨਹੀਂ ਲੱਗਦਾ ਤੇ ਉਹਨੂੰ ਆਉਣ ਕਿਉਂ ਨਹੀਂ ਦਿੰਦਾ ਕਿਤੇ ਕੋਈ ਭਾਣਾ ਹੀ ਨਾ ਵਾਪਰ ਗਿਆ ਹੋਵੇ ਵਾਹਿਗੁਰੂ ਤੇ ਭਰੋਸਾ ਰੱਖੋ ਉਹਦੇ ਅੱਗੇ ਅਰਦਾਸ ਕਰੋ ਉਹੀ ਢੋਈ ਬਣੂਗਾ ਪਰਿਵਾਰ ਦੀ ਜ਼ਿੰਦਗੀ ਦੇ ਕਿਹੜੇ ਚੁਰਾਹੇ ਦੇ ਲਿਆ ਕੇ ਖੜਾ ਕਰਤਾ ਵਾ ਮੈਨੂੰ।